ਇੱਥੋਂ ਪਾਪਾ ਦੇ ਮਗਰ ਮੈਂ ਵੀ ਜਾਣਾ, ਪਾਪਾ ਮੈਂ ਵੀ ਜਾਣਾ ਤੇ ਮਗਰ ਚਲ ਗਈ ਆ ਤੇ ਆਉਂਦਿਆਂ ਹੋਇਆ ਹੱਥਾਂ ਤੇ ਪਾ ਕੇ ਲੈਂਦੀ ਆ। ਚਾਰ ਬੱਚੀਆਂ ਸਨ, ਪਿਓ ਦਿਹਾੜੀ ਕਰਕੇ ਇਹਨਾਂ ਪਰਿਵਾਰਾਂ ਨੂੰ ਪਾਲ ਰਿਹਾ ਸੀ, ਪਰ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਦਾ ਭਾਣਾ ਵਰਤ। ਹੁਣ ਇਹ ਘਰ ਸੋਨਾ ਘਰ ਛੱਤਰ ਵਿੱਚ ਹੋਏ ਨੇ, ਚਾਈਨਾ ਡੋਰ ਕਾਤਲ ਡੋਰ, ਜਿਸਨੇ ਇੱਕ ਨੰਨੀ ਬੱਚੀ ਦਾ ਗਲਾ ਵੱਟ ਕੇ ਜਾਨ ਲੈ ਲਈ। ਕਈਆਂ ਦੀ ਦੂਸਰੀ ਬੇਟੀ ਹੋ ਜਾਂਦੀ ਉੱਥੇ ਰੋ ਰੋ ਕੇ ਹੋਸਪਿਟਲ ਸਿਰ ਤੇ ਚੁੱਕਿਆ ਹੁੰਦਾ, ਪਰ ਇਹਨਾਂ ਨੇ ਇੱਕ ਵਾਰੀ ਸੀ ਨਹੀਂ ਕੀਤੀ। ਕਹਿੰਦੇ ਅਸੀਂ ਇਹਨਾਂ ਨੂੰ ਬੇਟਿਆਂ ਵਾਂਗੂ ਪਾਲਾਂਗੇ। ਇਹ ਖੁਦ ਉਹਦਾ ਬਾਪ ਕਹਿੰਦਾ ਸੀ ਕਿ ਮੈਂ ਆਪਣੀ ਬੇਟੀ ਕੀ ਪਤਾ ਇਹਦੇ ਪੈਰਾਂ ਪਿੱਛੇ ਮੈਨੂੰ ਕੀ ਕੁਛ ਰੱਬ ਨੇ ਦੇ। ਆਪਣਾ ਰੋਕ ਲੱਗਣੀ ਚਾਹੀਦੀ ਹੈਗੀ ਆ। ਅੱਜ ਇਸ ਬੱਚੀ ਦੇ ਨਾਲ ਹੋਇਆ, ਕੱਲ ਕਿਸੇ ਹੋਰ ਬੱਚੀ ਨਾਲ ਨਾ ਹੋਵੇ। ਛੋਟੇ ਜਿਹੇ ਪਰਿਵਾਰ ਨੂੰ ਨਜ਼ਰ ਕਿਸ ਦੀ ਲੱਗੀ? ਦੱਸ ਦੇ ਕਿ ਪਰਸੋਂ ਐਤਵਾਰ ਸ਼ਾਮ ਦੀ ਇਹ ਘਟਨਾ, ਜਦੋਂ 6 ਸਾਲ ਦੀ ਬੱਚੀ ਆਪਣੇ ਪਿਤਾ ਨਾਲ ਘਰ ਵਾਪਸ ਆ ਰਹੀ ਸੀ ਤਾਂ ਰਸਤੇ ਦੇ ਵਿੱਚ ਐਸਾ ਹਾਦਸਾ ਹੋਇਆ ਕਿ ਉਹ ਘਰ ਨਾ ਪਹੁੰਚ ਸਕੀ। ਚਾਈਨਾ ਡੋਰ ਨੇ ਐਸਾ ਕਹਿਰ ਦਿਖਾਇਆ ਕਿ ਪੂਰੇ ਪਰਿਵਾਰ ਦੀਆਂ ਖੁਸ਼ੀਆਂ ਤਬਾਹ ਹੋ ਗਈਆਂ। ਛੋਟਾ ਜਿਹਾ ਘਰ ਹੈ, ਇਸ ਘਰ ਦੇ ਵਿੱਚ ਜਦੋਂ ਛੋਟੀਆਂ ਬੱਚੀਆਂ ਖੇਡਦੀਆਂ ਹੋਣਗੀਆਂ ਤਾਂ ਰੌਣਕ ਵੱਖਰੀ ਹੁੰਦੀ ਹੋਏਗੀ, ਪਰ ਹੁਣ ਇਹ ਘਰ ਸੋਨਾ ਘਰ ਛੱਤਰ ਵਿੱਚ ਹੋਏ ਨੇ, ਚਾਈਨਾ ਡੋਰ ਕਾਤਲ ਡੋਰ, ਜਿਸਨੇ ਇੱਕ ਨੰਨੀ ਬੱਚੀ ਦਾ ਗਲਾ ਵੱਢ ਕੇ ਜਾਨ ਲੈ ਲਈ। ਪਰਿਵਾਰ ਦਾ ਰੋ ਰੋ ਕੇ ਫਿਲਹਾਲ ਬੁਰਾ ਹਾਲ ਹੈ। ਪਰਿਵਾਰ ਨਾਲ ਜਿਹੜੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਇਸ ਬਾਬਤ ਕੀ ਕਹਿਣਾ, ਕਿਉਂਕਿ ਇਹ ਸਮਾਂ ਐਸਾ ਹੁੰਦਾ ਕਿ ਕਈ ਵਾਰ ਸਾਡੇ ਵੀ ਸ਼ਬਦ ਘੱਟ ਪੈਂਦੇ ਨੇ, ਗੱਲ ਕਰਨ ਦਾ ਸਬੱਬ ਜਿਹੜਾ ਉਹ ਨਹੀਂ ਬਣ ਸਕਦਾ। ਪਰ ਫਿਲਹਾਲ ਇਸ ਚਾਈਨਾ ਡੋਰ ਨੇ ਇੱਕ ਘਰ ਦੇ ਵਿੱਚ ਖੁਸ਼ੀਆਂ ਜਿਹੜੀਆਂ ਨੇ ਉਹ ਖੋਈਆਂ ਨੇ। ਤੁਹਾਡਾ ਨਾਮ ਕੀ ਹੈ ਜੀ? ਹੋਇਆ ਕੀ ਸੀਗਾ, ਕਦੋਂ ਦੀ ਗੱਲ? ਭਾਈ ਗਈ ਭੋਗ ਤੇ ਇੱਥੋਂ ਪਾਪਾ ਦੇ ਮਗਰ ਮੈਂ ਵੀ ਜਾਣਾ, ਪਾਪਾ ਮੈਂ ਵੀ ਜਾਣਾ ਤੇ ਮਗਰ ਚਲ ਗਈ ਆ ਤੇ ਆਉਂਦਿਆਂ ਹੋਇਆ ਹੱਥਾਂ ਤੇ ਪਾ ਕੇ ਲੈਂਦੀ ਆ ਡੋਰੀ, ਫਿਰ ਗਈ ਚਾਈਨਾ। ਪਤਾ ਨੀ ਲੱਗਾ ਕਦਮ ਕਿ ਪਤਾ ਨੀ ਇਹਨਾਂ, ਜਦੋਂ ਇਹਨੂੰ ਪਤਾ ਲੱਗਾ ਨਾ ਜਕਦਮ ਮੋਟਰਸਾਈਕਲ ਸੁੱਟ ਕੇ ਤੇ ਉਹਨੇ ਧੋਣੇ ਤਾਂ ਜਕਦਮ ਹੀ ਸੁੱਟਤੀ ਹੈ। ਮੌਕੇ ਤੇ ਉਹਨੇ ਹਾਏ ਵੀ ਨੀ ਕੀਤਾ, ਚੀਕ ਵੀ ਨੀ ਕਿਤੇ ਨੀ ਵਿਚਾਰੀ ਦੀ ਨਿਕਲੀ, ਜਕਦਮ ਹੀ ਫਿਰ ਗਈ। ਇਹਨਾਂ ਦੇ ਵੀ ਇੱਥੇ ਆ ਫਿਰ ਗਈ, ਨਾਲ ਹੀ ਕੱਪੜੇ ਵੱਡੇ ਗਏ ਇਹਨਾਂ ਦੇ ਵੀ। ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰਦਾ ਹੈ ਕਿ 302 ਲਾ ਦੇਵਾਂਗੇ, ਚਾਈਨਾ ਡੋਰ ਨੂੰ ਕੋਈ ਵੀ ਉਡਾ ਨਹੀਂ ਸਕੇਗਾ, ਘਰ ਘਰ ਡੋਰ ਪਈ ਹੈ ਕਿ ਇੱਕ ਘਰ ਦੀਆਂ ਖੁਸ਼ੀਆਂ ਲੁੱਟ ਕੇ ਲੈ ਗਿਆ। ਹਾਂਜੀ, ਭਾਵੇਂ ਜਿੰਨੀਆਂ ਮਰਜ਼ੀ ਬੇਟੀਆਂ ਪੰਜੇ ਉਂਗਲਾਂ ਇੱਕੋ ਜਿਹੀਆਂ ਹੁੰਦੀਆਂ, ਪਰ ਸਾਨੂੰ ਇਹ ਆ ਵੀ ਸਾਡੀ ਬੇਟੀ ਚਲ ਗਈ, ਦੁੱਖ ਇੰਨਾ ਜਿੰਨਾ ਕੋਈ ਹਿਸਾਬ ਨਹੀਂ। ਇਹ ਆ ਵੀ ਗਾਂਹ ਨਾ ਕਿਸੇ ਨਾਲ ਇਸ ਤਰ੍ਹਾਂ ਕਿਸੇ ਬੱਚੇ ਨਾ ਹੋਏ, ਬੰਦ ਹੋਣੀ ਚਾਹੀਦੀ ਹੈ। ਕਿੰਨੇ ਕੱਲੀ ਕੱਲੀ ਬੇਟੀ ਸੀ ਘਰ ਦੇ ਵਿੱਚ? ਨਹੀਂ, ਮੇਰੀਆਂ 4 ਬੇਟੀਆਂ ਸੀ, ਸਭ ਤੋਂ ਛੋਟੀ, ਸਭ ਤੋਂ ਇੰਨਾ ਪਿਆਰ ਕਰਦੀ ਰਹੀ ਜਿੰਨਾ ਕੋਈ ਹਿਸਾਬ ਨਹੀਂ, ਸਭ ਤੋਂ ਛੋਟੀ। ਕਰਦੇ ਕਿੰਨੇ ਦੇ ਬੇਟੀ ਤੇ ਪਾਪਾ ਕੀ ਕਰਦੇ? ਦਿਹਾੜੀ ਧੱਪੇ ਕਰਦੇ ਨੇ। ਬਹੁਤ ਔਖਾ ਹੁੰਦਾ ਹਨਾ, ਬੱਚੀ ਛੋਟੀ 6 ਸਾਲ ਦੀ ਇੱਕੋ ਦਮ ਚਲੇ ਗਈ, ਜਾਣ ਲੱਗਿਆ ਸੀਗਾ ਕਿ ਖੁਸ਼ੀ ਖੁਸ਼ੀ ਗਈ ਆ, ਖੁਸ਼ੀ ਖੁਸ਼ੀ ਆਏਗੀ, ਪਰ ਨਹੀਂ ਸੀ ਪਤਾ ਕਿ ਵਾਪਸ ਨਹੀਂ ਪਹੁੰਚੇਗੀ ਘਰ। ਨਾ ਕੀ ਸੀ ਉਹਦਾ ਜਕਦਮ ਹੀ ਵੇਖ ਕੇ ਉਹਨੂੰ ਸਾਡੇ ਪੈਰਾਂ ਚ ਮਿੱਟੀ ਨਿਕਲ ਗਈ ਵੀ ਇਹ ਕੀ ਬਣ ਗਿਆ ਸਾਡੇ ਨਾਲ। ਪਲਕ 5 ਸਾਲ 6-7 ਸਾਲ ਲੱਗਾ ਸੀ। ਔਖਾ ਸਮਾਂ ਫਿਲਹਾਲ, ਆਸ ਪਾਸ ਦੇ ਜਿਹੜੇ ਲੋਕ ਨੇ ਆਂਢ ਗੁਆਂਢ ਅਫਸੋਸ ਦੀ ਘੜੀ ਵਿੱਚ ਪਹੁੰਚਿਆ।
ਕਿ ਦੁੱਖ ਵੰਡਾਇਆ ਜਾ ਸਕੇ, ਕਿ ਇਸ ਤਰ੍ਹਾਂ ਜਿਹੜਾ ਕਹਿਰ ਮਚਾਇਆ ਚਾਈਨਾ ਡੋਰ ਨੇ, ਹਰ ਘਰ ਡੋਰ ਪਈ ਹੈ ਪਰ ਫਿਰ ਵੀ ਰੋਕ ਨਹੀਂ ਲੱਗ ਰਹੀ। ਵੀਰ ਜੀ, ਇਹ ਬਹੁਤ ਦੁੱਖ ਭਰੀ ਕਹਾਣੀ ਹੈਗੀ ਹੈ ਤੇ ਬਹੁਤ ਵੱਡਾ ਹਾਦਸਾ ਇਹਨਾਂ ਬੱਚੀ ਨਾਲ ਹੋ ਗਿਆ। ਹੱਸਦਾ ਖੇਡਦਾ ਬੱਚਾ ਘਰੋਂ ਗਿਆ ਤੇ ਉੱਥੇ ਜਾਂਦੇ ਹੀ ਬੱਚੇ ਨੂੰ ਇਕਦਮ ਇਹ ਹਾਦਸਾ ਹੋ ਗਿਆ ਚਾਈਨਾ ਡੋਰ ਦੇ। ਇਹਦੇ ਤੇ ਆਪਣਾ ਰੋਕ ਲੱਗਣੀ ਚਾਹੀਦੀ ਹੈਗੀ ਆ। ਅੱਜ ਇਸ ਬੱਚੀ ਦੇ ਨਾਲ ਹੋਇਆ, ਕੱਲ ਕਿਸੇ ਹੋਰ ਬੱਚੀ ਨਾਲ ਨਾ ਹੋਵੇ। ਦੇਖੋ ਜੀ, ਸਾਰੀਆਂ ਹੀ ਆਪਣਾ ਪਾਰਟੀਆਂ ਕਰਦੀਆਂ ਨੇ, ਦਾਅਵੇ ਤਾਂ ਬਹੁਤ ਕਰਦੀਆਂ ਨੇ। ਆਈ ਆਮ ਆਦਮੀ ਪਾਰਟੀ ਵਾਲੇ ਇੱਥੇ ਆਏ ਨੇ, ਉਹਨਾਂ ਨੇ ਵੀ ਕਿਹਾ ਜੀ ਅਸੀਂ ਕੀ ਕਹਿੰਦੇ ਕੁਛ ਕਰਾਂਗੇ ਤੁਹਾਡੇ ਵਾਸਤੇ ਕਰਨਾ, ਇਹਨਾਂ ਨੇ ਕੁਛ ਵੀ ਨਹੀਂ ਹੈਗਾ ਜੀ। ਬਿਲਕੁਲ, ਕਿ ਪਰਿਵਾਰ ਦੇ ਹਾਲਾਤ ਕੀ ਨੇ, ਛੋਟਾ ਜਿਹਾ ਘਰ ਹੈ, ਬਹੁਤ ਸਾਦਾ ਪਰਿਵਾਰ ਹੈ, ਫੈਮਿਲੀ ਛੋਟੀ ਜੀ ਹੈ, ਖੁਸ਼ੀਆਂ ਘਰ ਦੇ ਵਿੱਚ ਨਿੱਕੀਆਂ ਮੋਟੀਆਂ ਹੋਣ, ਚਾਰ ਬੱਚੀਆਂ ਸਨ, ਪਿਓ ਦਿਹਾੜੀ ਕਰਕੇ ਇਹਨਾਂ ਪਰਿਵਾਰਾਂ ਨੂੰ ਪਾਲ ਰਿਹਾ ਸੀ, ਪਰ ਨਹੀਂ ਸੀ ਪਤਾ ਕਿਸ ਤਰ੍ਹਾਂ ਦਾ ਭਾਣਾ ਵਰਤਿਆ। ਤੁਸੀਂ ਵੀ ਕੰਮ ਕਰਦੇ ਰਹੇ ਹੋ? ਮੈਂ ਕੰਮ ਨਹੀਂ ਕੀਤਾ, ਛੋਟੀ ਹੀ ਬੇਟੀ ਨੇ ਕੰਮ ਕੀਤਾ, ਕਿਤੇ ਜਾਣ ਨਹੀਂ ਦਿੰਦੇ ਰਹੀਆਂ। ਕੁੜੀ ਪੜ੍ਹਦੀ ਸੀ ਬਲਕ? ਹਾਂਜੀ, ਨਰਸਰੀ ਚ ਪੜ੍ਹਦੀ। ਕਿੰਨਾ ਔਖਾ ਲੱਗਦਾ ਨਾ ਜਦੋਂ ਮੈਡਮਾਂ ਨੂੰ ਦੱਸਣਾ, ਉਹਨਾਂ ਹਜੇ ਪੁੱਛਣਾ, ਉਹਨਾਂ ਨੂੰ ਨਹੀਂ ਪਤਾ ਹੈਗਾ ਜੇ ਟੀਚਰਾਂ ਨੂੰ। ਕੋਈ ਘਰ ਪ੍ਰਸ਼ਾਸਨ ਦਾ ਕੋਈ ਆਇਆ ਸੀਗਾ ਕੋਈ? ਹਾਂਜੀ ਆਏ, ਫੋਟੋਆਂ ਖਿੱਚ ਕੇ ਖੜੀਆਂ ਉਹਨਾਂ ਨੇ, ਅਖਬਾਰ ਤੇ ਫੋਟੋ ਆਈ ਉਹਦੀ। ਜਿਹਨੇ ਹੈਲਪ ਕੀਤੀ ਹੋਵੇ ਆ ਕੇ, ਬਸ ਸਾਰੇ ਗੱਲਾਂ ਕਰਕੇ ਚਲ ਗਏ ਨੇ, ਪਰ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ। ਯਾਨੀ ਕਿ ਗਰੀਬ ਪਰਿਵਾਰ ਦੀ ਥੋੜ੍ਹੀ ਹੈਲਪ ਹੋਣੀ ਚਾਹੀਦੀ ਹੈ, ਕਿਸੇ ਨੇ ਕੋਈ ਹੈਲਪ ਨਹੀਂ ਕੀਤੀ। ਬਿਲਕੁਲ, ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਇਹ ਮਾਹੌਲ ਹੈ, ਪਰ ਹੁਣ ਬਾਪ ਇੱਕ ਬੇਬਸ ਬੈਠਾ ਕਿ ਕਦੋਂ ਬੱਚੀ ਦੀ ਆਵਾਜ਼ ਸੁਣਨ ਨੂੰ ਮਿਲੇਗੀ, ਪਰ ਨਹੀਂ ਸੀ ਪਤਾ ਕਿ ਇੱਦਾਂ ਦਾ ਹੋਏਗਾ। ਕਿ ਮਜਬੂਰੀ ਹੈ ਹਨਾ, ਕਿ ਪਰਿਵਾਰ ਦੇ ਵਿੱਚ ਇੰਨੀਆਂ ਸੋਹਣੀਆਂ ਖੁਸ਼ੀਆਂ ਹੋਣ, ਨਜ਼ਰ ਕਿਸ ਦੀ ਲੱਗ ਗਈ, ਗਏ ਸੀ ਖੁਸ਼ੀ ਖੁਸ਼ੀ ਵਾਪਸ ਨਹੀਂ ਪਰਤ ਸਕੀ ਬੱਚੀ। ਤੁਹਾਡੇ ਵੀ ਲੱਗੀ ਡੋਰ? ਹਾਂਜੀ, ਮੇਰੇ ਵੀ ਲੱਗੀ, ਇੱਥੇ ਬਾਂਹ 'ਤੇ ਲੱਗੀ ਹੋਈ ਮੇਰੀ। ਕਿਹੜੇ ਪਾਸੇ ਆ ਰਹੇ ਸੀ? ਮੈਂ ਜੀ ਉੱਧਰੋਂ ਸੈਲੀਬ੍ਰੇਸ਼ਨ ਮੋਲ ਚੜ੍ਹੇ ਹਾਂ ਪੁਲ ਉੱਪਰ ਵਾਲੇ, ਉੱਥੇ ਡੋਰ ਇਕਦਮ ਆ ਗਈ, ਉੱਥੇ ਮੌਕੇ 'ਤੇ ਮੌਤ ਹੋ ਗਈ ਜੀ ਮੇਰੇ ਚੜ੍ਹਦੇ। ਅੱਗੇ ਬੈਠੀ ਸੀ? ਹਾਂਜੀ ਅੱਗੇ ਬੈਠੀ ਜੀ। ਬੇਟੀ ਨੇ ਕੁਛ ਕਿਹਾ ਨਹੀਂ ਕਿ ਡੋਰ ਆਈ ਹੈ ਜਾਂ ਕੁਛ ਨਹੀਂ? ਕੀ ਆਵਾਜ਼ ਨਹੀਂ ਕੱਢੀ ਕੋਈ? ਨਹੀਂ ਜੀ, ਆਵਾਜ਼ ਹੀ ਨਹੀਂ ਨਿਕਲੀ ਜੀ। ਕਿਵੇਂ ਫਿਰ ਚੱਲ ਰਿਹਾ, ਮਤਲਬ ਪ੍ਰਸ਼ਾਸਨ ਨਾਲ ਕੋਈ ਰਾਬਤਾ ਬਣਾਇਆ, ਕਾਇਮ ਕੀਤਾ? ਕਿਉਂਕਿ ਸਰਕਾਰ ਤੇ ਕਹਿੰਦੀ ਹੈ ਕਿ 302 ਲਾ ਦਿਆਂਗੇ, ਕਿਸੇ ਘਰ ਨਿਕਲੀ ਸੀ ਕਾਰਵਾਈ ਕਰਾਂਗੇ ਕੋਈ ਜੀ। ਉਹ ਤਾਂ ਰਾਤੀ ਬੜਾ ਕੁਛ ਕਹਿ ਕੇ ਕਰਨਗੇ ਤਾਂ ਹੀ ਹੈ ਨਾ, ਕੋਈ ਸਾਰ ਨਹੀਂ ਲੈ ਰਿਹਾ ਫਿਲਹਾਲ। ਨਹੀਂ ਜੀ। ਕੀ ਮੰਗ ਕੀ ਕਰਦੇ ਹੋ? ਮੰਗ ਇਹੀ ਹੈ ਜੀ, ਉਹ ਤਾਂ ਚਲ ਗਈ, ਹੁਣ ਗਾੜੀ ਕਿਸੇ ਦਾ ਹੋ ਜਾਵੇ, ਵੀ ਬਚਾਅ ਹੋ ਜਾਵੇ ਗਾੜੀ ਕਿਸੇ ਦਾ। ਬਿਲਕੁਲ, ਹਾਂਜੀ ਗੱਲ ਹੈ, ਜਦੋਂ ਇੱਕ ਬਾਪ ਮਾਪੇ ਮਤਲਬ ਸਰਕਾਰ ਕੀ ਅਸੀਂ ਡੋਰ ਬਾਰੇ ਆਹ ਕਰਾਂਗੇ ਵੋ ਕਰਾਂਗੇ, ਡਰੋਨ ਛੱਡੇ ਆ ਲੋਹੜੀ ਦੇ ਉੱਪਰ ਇਹਨਾਂ ਨੇ ਡਰੋਨ ਛੱਡੇ ਦੇ ਹੀ, ਤੇ ਬਟ ਆਹ ਸਾਡਾ ਜਿਹੜਾ ਦੀਨ ਦਿਆਲ ਹੈ ਨਾ, ਇੱਥੋਂ ਦੇ ਬੱਚਿਆਂ ਦੀ ਆਪਾਂ ਕਹਿੰਦੇ, ਇਹਨਾਂ ਨੇ ਕਿਸੇ ਨੇ ਡੋਰ ਨਹੀਂ ਖਰੀਦੀ ਹੈਗੀ। ਹੁਣ ਮੇਨ ਸਿਟੀ ਦੇ ਵਿੱਚ ਖਰੀਦਦੇ ਕੀ ਗੱਲ, ਇਹਨਾਂ ਨੂੰ ਨਹੀਂ ਪਤਾ ਹੈਗਾ ਸਰਕਾਰ ਅੰਨੀ ਬੈਠੀ ਦੀ ਹੈ, ਕਿਸੇ ਨੂੰ ਲੱਭਦਾ ਨਹੀਂ ਪਿਆ ਹੈਗਾ। ਏਡੇ ਏਡੇ ਵੱਡੇ ਹਾਦਸੇ ਹੋ ਗਏ ਨੇ, ਅੱਜ ਤੱਕ ਕਿਸੇ ਨੇ ਵੀ ਸਟੈਪ ਨਹੀਂ ਚੁੱਕਿਆ ਹੈਗਾ। ਇਹ ਵੀ 2 ਦਿਨ ਗੱਲ ਚੱਲੇਗੀ, ਉਸ ਤੋਂ ਬਾਅਦ ਠੰਡੀ ਹੋ ਜਾਏ, ਫਿਰ ਉੱਥੇ ਠੰਡ ਪੈ ਜਾਣੀ। ਜਾਂ ਤਾਂ ਹੋਇਆ ਨਾ, ਜਿਵੇਂ ਬੱਚਾ ਇਹ ਗਿਆ ਵਾ, ਅੱਗੇ ਵੀ ਕਿੰਨੇ ਬੱਚੇ ਗਏ ਨੇ, ਸਿਆਣੇ ਵੀ ਗਏ ਨੇ, ਪਰਿਵਾਰਾਂ ਦੇ ਪਰਿਵਾਰ ਵਿਚਾਰੇ, ਜਿਹੜੇ ਕੋਈ ਘਰ ਦੇ ਵਿੱਚ ਇੱਕ ਜਣਾ ਕਮਾਉਣ ਵਾਲਾ, ਸਰ ਉਹ ਚਲ ਗਏ ਨੇ, ਉਹਨਾਂ ਦੇ ਪਰਿਵਾਰ ਨੂੰ ਕਿੰਨੇ ਵੇਖਣਾ। ਇਹਨਾਂ ਦੀ 4 ਬੇਟੀਆਂ ਨੇ, ਇਹਨਾਂ ਦੀ ਮੈਂ ਆਸ਼ਾ ਵਰਕਰ ਹੈਗੀ ਹਾਂ, ਮੈਂ ਖੁਦ ਇਹਨਾਂ ਦੀ ਮਿਸੀ ਦੀ ਡਿਲੀਵਰੀ ਕਰਾਈ ਸੀ। ਮੈਂ ਇਹਨਾਂ ਨੂੰ ਉਦੋਂ ਕਿਹਾ ਕਿ ਤੁਸੀਂ ਨਾ ਬੱਚੀ ਕਿਸੇ ਨੂੰ ਦੇ ਦਿਉ, ਪਰ ਇਹਨਾਂ ਦਾ ਹੌਂਸਲਾ ਇੰਨਾ, ਕਈਆਂ ਦੀ ਦੂਸਰੀ ਬੇਟੀ ਹੋ ਜਾਂਦੀ ਉੱਥੇ ਰੋ ਰੋ ਕੇ ਹੋਸਪਿਟਲ ਸਿਰ 'ਤੇ ਚੁੱਕਿਆ ਹੁੰਦਾ, ਪਰ ਇਹਨਾਂ ਨੇ ਇੱਕ ਵਾਰੀ ਸੀ ਨਹੀਂ ਕੀਤੀ, ਕਹਿੰਦੇ ਅਸੀਂ ਇਹਨਾਂ ਨੂੰ ਬੇਟਿਆਂ ਵਾਂਗੂ ਪਾਲਾਂਗੇ।
ਇਹ ਖੁਦ ਉਹਦਾ ਬਾਪ ਕਹਿੰਦਾ ਸੀ ਕਿ ਮੈਂ ਆਪਣੀ ਬੇਟੀ ਕੀ ਪਤਾ ਇਹਦੇ ਪੈਰਾਂ ਪਿੱਛੇ ਮੈਨੂੰ ਕੀ ਕੁਛ ਰੱਬ ਨੇ ਦੇਣਾ। ਪਰ ਦਿੱਤਾ ਵੀ ਹੈ, ਕੰਮ ਕਾਰ ਵੀ ਕਰਦੇ ਨੇ, ਵਧੀਆ ਰੋਟੀ ਖਾਂਦੇ ਸੀ, ਕਮਾਈ ਵਿਚਾਰਾ ਕਰਦਾ ਹੈ ਆਪਣੇ ਜਿੰਨੇ ਕੁ ਜੋਗਾ ਹੈ ਦਿਹਾੜੀ ਦੱਪਾ ਕਰਦਾ ਹੈ। ਪਰ ਹੁਣ ਕੀ ਕਰ ਸਕਦੇ ਆ, ਇਹਨਾਂ ਦਾ ਘਰ ਦਾ ਪਰਿਵਾਰ ਦੇ ਵਿੱਚੋਂ ਤਾਂ ਇੱਕ ਜੀ ਚੱਲ ਗਿਆ ਨਾ, ਆਉਣਾ ਵਾਪਸ ਆ ਕੇ ਦੋ ਗੱਲਾਂ ਕਰਕੇ ਚੱਲ ਜਾਂਦੇ ਨੇ, ਬਾਅਦ 'ਚ ਤੂੰ ਕੌਣ ਅਤੇ ਮੈਂ ਕੌਣ। ਤੁਸੀਂ ਵੀ ਮੀਡੀਆ ਵਾਲੇ, ਤੁਹਾਨੂੰ ਵੀ ਪਤਾ ਸਾਰਾ, ਤੁਸੀਂ ਵੀ ਸੁਣਦੇ ਹੀ ਹੋ। ਸਾਨੂੰ ਸੀਗਾ ਕਿ ਇੱਕ ਵਾਰੀ ਆਵਾਜ਼ ਸੁਣੀਏ ਪਰਿਵਾਰ ਦੀ, ਕੋਈ ਗੁਹਾਰ ਅੱਗੇ ਤੱਕ ਪਹੁੰਚੇ, ਮਾਂ ਦੀਆਂ ਅੱਖਾਂ ਦੇ ਵਿੱਚ ਜਿਹੜੀ ਨਵੀਂ ਹੈ, ਸਭ ਦੇ ਅੱਖਾਂ 'ਚ ਹੰਝੂ ਨੇ ਜਿਹੜਾ ਵੀ ਇੱਥੇ ਹਾਲ ਪੁੱਛਦਾ। ਕਈ ਵਾਰੀ ਸਾਨੂੰ ਵੀ ਲੱਗਦਾ ਕਿ ਅਸੀਂ ਇਸ ਮੌਕੇ ਸਵਾਲ ਨਾ ਕਰੀਏ, ਗੱਲਬਾਤ ਨਾ ਕਰੀਏ, ਪਰ ਇਹ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਨਾਲ ਇੱਦਾਂ ਨਾ ਹੋਵੇ, ਪ੍ਰਸ਼ਾਸਨ ਦੇ ਸ਼ਾਇਦ ਕਿਸੇ ਗੱਲੋਂ ਕੰਨ ਖੁੱਲ੍ਹ ਜਾਣ। ਅਤੇ ਬਾਕੀ ਬੱਚੀਆਂ ਠੀਕ ਨੇ, ਉਹਨਾਂ ਨੂੰ ਹੁੰਦਾ ਹੋਊਗਾ ਨਾ ਕਿ ਘਰ ਦੇ ਵਿੱਚ ਸਾਰੇ ਖੇਡਦੇ ਨੇ, ਚਾਰ ਬੱਚੇ ਸੀਗੇ, ਚਹਿਲ ਪਹਿਲ ਹੋਣੀ, ਰੌਣਕ ਹੋਣੀ, ਹੁਣ ਸਾਰਾ ਘਰ ਸੁਣਨਾ ਪਿਆ ਹੋਇਆ। ਹਾਂਜੀ, ਨਿਆਣੇ ਵੀ ਆ ਕਰਵਾਏ, ਲੱਭਦੇ ਆ ਵੀ ਕਿੱਥੇ ਗਈ ਸਾਡੀ ਗੁਡੀਆ ਨਿੱਕੀ, ਉਹਦੇ ਨਾਲ ਬੜੀ ਰੌਣਕ ਸੀ, ਹੱਸਦੀ ਖੇਡਦੀ ਸੀ। ਹਾਂਜੀ, ਡੀਕ ਰੱਖੀ ਨਿਆਣੇ ਨੇ, ਪਿਹਾੜੀ ਬਲਕਣੇ ਹੁਣ ਆਉਣਾ ਹੈ, ਹੱਥਾਂ ਤੇ ਪਾ ਕੇ ਲੈਂਦੀ ਆ, ਵੇਖਿਆ ਨੀ ਗਿਆ ਕੀ ਬਣ ਗਿਆ। ਹਾਂਜੀ, ਉਹਨਾਂ ਉਤਰਾ ਹੀ ਵਲੇਟਤਾ, ਕਹਿੰਦੇ ਲੈ ਜਾਓ ਘਰ ਖਤਮ ਹੋ ਗਈ। ਹਾਂਜੀ, ਸੋ ਇਹ ਇੱਕ ਪਰਿਵਾਰ ਦੀ ਜਿਹੜੀ ਦਾਸਤਾਂ ਕਿ ਚਾਈਨਾ ਡੋਰ ਨੇ ਇੱਕ ਹੋਰ ਘਰ ਦਾ ਜਿਹੜਾ ਚਿਰਾਗ ਹੈ ਉਹ ਖੋਇਆ, ਛੋਟੀਆਂ ਬੱਚੀਆਂ ਹਰ ਇੱਕ ਦੇ ਜੀ ਨੂੰ, ਆਂਢ ਗੁਆਂਢ, ਸੱਜਣ ਮਿੱਤਰ, ਹਰ ਕੋਈ ਪ੍ਰਸ਼ਾਸਨ ਨੂੰ, ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਜਾਂ ਤਾਂ ਕੋਈ ਇਨਸਾਫ ਕੀਤਾ ਜਾਵੇ ਜਾਂ ਫਿਰ ਪੂਰਨ ਤੌਰ 'ਤੇ ਚਾਈਨਾ ਡੋਰ, ਕਾਤਲ ਡੋਰ ਬੰਦ ਕੀਤੀ ਜਾਵੇ ਤਾਂ ਜੋ ਕਿਸੇ ਦੇ ਘਰ ਇਸ ਤਰ੍ਹਾਂ ਸੱਥਰ ਨਾ ਵਿਛਣ। ਕੈਮਰਾਮੈਨ ਸ਼ੁਭਮ ਦੇ ਨਾਲ ਹਰਮੀਤ ਸਿੰਘ ਦੇ ਲਈ ਪੋਸਟ, ਅੰਮ੍ਰਿਤਸਰ।